ਬਾਈ ਕਿੱਦਾਂ ਦਾ ਰਿਸਪੌਂਸ ਮਿਲਣ ਲੱਗ ਰਿਹਾ ਮਿਲਿਆ ਤੁਹਾਨੂੰ ਲੋਕ ਮੈਂ ਕਿਹਾ ਜੀ ਬਾਈ ਜੀ ਫਿਲਮ ਦਾ ਤਾਂ ਇੰਨਾ ਕੁ ਰਿਸਪੌਂਸ ਹੈ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਰ ਇੱਕ ਸ਼ਖਸ ਦੀ ਗੱਲ ਹੈ ਜੋ ਜਿਹੜਾ ਆਪਦੇ ਮੁਹਰਤ ਹੈ ਆਪਦੇ ਕੰਮ 'ਚ ਰੱਖਦਾ ਸ਼ੋਹਰਤ ਦੇ ਜਿਹੜਾ ਰੱਖਦਾ ਉਹ ਕੰਮ ਕਰ ਰੱਖਦਾ ਉਹਦੀ ਗੱਲ ਕੀਤੀ ਗਈ ਬਹੁਤ ਵੱਡੀ ਗੱਲ ਨੌਕਰ ਅਤੇ ਅਮੀਰੀ ਦੀ ਗੱਲ ਕੀਤੀ ਗਈ ਗਰੀਬ ਨੂੰ ਆਪਾਂ ਜੇ ਨੌਕਰ ਰੱਖਦੇ ਪਰਕੇ ਰੱਖਦੇ ਝਟਕੇ ਰੱਖਦੇ ਅਤੇ ਜੋ ਕੁੜੀ ਦੇਣੀ ਹੋਵੇ ਉਹ ਆਪਾਂ ਜ਼ਮੀਨਾਂ ਜਗ੍ਹਾ ਦੇਖਦੇ ਹਾਂ ਪਰ ਉਹਦੇ ਉੱਪਰ ਨੂੰ ਦੇਖਦੇ ਨੇ ਬਾਕੀ ਡਰਾਮਾ ਕਰਦਾ ਹਾਂ ਜੀ ਮੁੰਡਾ ਡਰਾਮਾ ਕਰਦਾ ਕੰਮ ਕੀ ਕਰਦਾ ਡਰਾਮੇ ਨੂੰ ਕੰਮ ਹੀ ਨਹੀਂ ਸਮਝਿਆ ਜਾ ਰਿਹਾ ਅਸੀਂ ਆਪ ਹੀ ਸੋਚੋ ਇਹਦੇ 'ਚ ਵੀ ਕਮਾਈ ਹੈ ਐਕਟਰ ਹੈ ਰਹੀ ਗੱਲ ਕਿ ਸਾਡੇ 'ਤੇ ਵੀ ਕਿੰਨਾ ਬੋਝ ਹੈ ਔਰ ਉਸ ਬੋਝ ਨੂੰ ਅਸੀਂ ਮਤਲਬ ਸਹਾਰਦੇ ਹੋਏ ਫਿਰ ਵੀ ਅਸੀਂ ਉਸ ਬੋਝ ਨੂੰ ਸਹਾਰਦੇ ਹੋਏ ਅਸੀਂ ਮਤਲਬ ਹਸਾਉਣੇ ਹਾਂ ਲੋਕਾਂ ਨੂੰ ਸਾਡੇ ਪਿੱਛੇ ਵੀ ਗਮ ਹੈ ਇਹ ਵੀ ਇੱਕ ਕਲਾ ਹੀ ਹੈ ਲੋਕਾਂ ਨੂੰ ਸਮਝ ਔਰ ਤੁਹਾਡੇ ਸਾਹਮਣੇ ਇੱਕ ਮਿੰਟ ਵੀ ਕੋਈ ਸੀਟ 'ਤੇ ਨਹੀਂ ਬੈਠ ਸਕਦਾ ਇੰਨੀ ਕਬੱਡੀ ਕਰਮਜੀਤ ਅਮੋਲ ਨੇ ਕਮਾਲ ਕਰਤੀ ਮੈਂ ਸਲੂਟ ਉਸ ਸ਼ਖਸ ਨੂੰ ਉਹਨੇ ਆਸ ਪਾਸ ਦੇ ਲੋਕਾਂ ਦਾ ਕਿੱਦਾਂ ਦਾ ਰਿਸਪੋਂਸ ਹੋਇਆ ਬੈਸਟ ਕੰਪਲੀਮੈਂਟ ਕੀ ਦਿੱਤਾ ਉਹਨਾਂ ਨੇ ਤੁਹਾਨੂੰ ਜਿਵੇਂ ਕਿ ਤੁਹਾਡੇ ਯਾਰ ਦੋਸਤ ਵੀ ਆਏ ਹੋਣੇ ਆ ਦੇਖਣ ਉਹਨਾਂ ਨੇ ਤੁਹਾਨੂੰ ਕੀ ਕਿਉਂਕਿ ਆਪਣੀ ਹਾਂਜੀ ਮੈਨੂੰ ਹਰ ਕਿਸੇ ਕਿਹਾ ਤੇਰਾ ਵੱਖਰਾ ਕਰੈਕਟਰ ਹੈ ਬਹੁਤ ਵਧੀਆ ਪਹਿਲੀ ਫਿਲਮ ਨਾਲੋਂ ਵੱਖਰਾ ਕਰੈਕਟਰ ਸੋ ਇਸ ਕਰਕੇ ਜੀ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦਿਓ ਕੱਲ੍ਹ ਫਿਲਮ ਰਿਲੀਜ਼ ਹੋ ਰਹੀ ਹੈ ਹਾਂਜੀ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦਿਓ ਕੱਲ੍ਹ ਫਿਲਮ ਰਿਲੀਜ਼ ਹਾਂਜੀ ਹਾਂਜੀ ਫਿਲਮ ਕੱਲ੍ਹ ਰਿਲੀਜ਼ ਹੋ ਰਹੀ ਹੈ ਸਾਡੀ ਫਿਲਮ ਹੈ ਜਿਹੜੀ ਇਹ ਐਨੀ ਹਾਓ ਮਿੱਟੀ ਪਾਓ ਇਹ ਜ਼ਰੂਰ ਤੁਸੀਂ ਫਿਲਮ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਤੁਸੀਂ ਆਪ ਕਿੱਥੇ ਜੇ ਖੜੇ ਹਰ ਸ਼ਖਸ ਜੋ ਕਾਸੇ ਨਾ ਕਾਸੇ 'ਚ ਮੁਹਰਤ ਹੈ ਚਾਹੇ ਪੇਂਟਿੰਗ ਕਰਦਾ ਜਾਂ ਜੋ ਵੀ ਹੈ ਉਹ ਜ਼ਰੂਰ ਆ ਕੇ ਥੈਂਕ ਯੂ ਮੈਮ ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ ਦੇਖਣੀ ਬਹੁਤ ਸੋਹਣੀ ਫਿਲਮ ਹੈ ਜੀ ਐਨੀ ਹਾਓ ਮਿੱਟੀ ਪਾਓ ਵਧੀਆ ਲੱਗੀ ਔਰ ਬੜਾ ਡਿਫਰੈਂਟ ਕਨਸੈਪਟ ਹੈ ਕਿ ਥੀਏਟਰ ਪਰਸਨਸ ਨੂੰ ਇਸ ਤਰੀਕੇ ਨਾਲ ਲਿਆ ਔਰ ਥੀਏਟਰ ਵਾਲਿਆਂ ਵਾਸਤੇ ਬੜੇ ਭਾਵੁਕ ਕਰਨ ਵਾਲੇ ਪਲ ਵੀ ਸੀਗੇ ਵਿੱਚ ਕਿ ਥੀਏਟਰ ਨੂੰ ਕਿਸ ਤਰੀਕੇ ਨਾਲ ਲਿਆ ਜਾਂਦਾ ਪਰ ਉਹ ਕਲਾਕਾਰਾਂ ਨੇ ਖਾਸ ਕਰਕੇ ਹਰੀਸ਼ ਨੇ ਕਰਮਜੀਤ ਨੇ ਬਹੁਤ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਅਤੇ ਤੁਹਾਨੂੰ ਖੁਦ ਨੂੰ ਕਿੱਦਾਂ ਦਾ ਲੱਗਿਆ ਕਿ ਕਿਉਂਕਿ ਇੱਕ ਰੰਗ ਮੰਚ ਦੇ ਕਲਾਕਾਰਾਂ ਨੂੰ ਉਸ ਤਰੀਕੇ ਦੇ ਕੇਂਦਰਿਤ ਪੁਆਇੰਟ ਰੰਗ ਮੰਚ ਦੇ ਕਲਾਕਾਰ ਹੋ ਗਏ ਫਿਲਮ ਸਟੋਰੀ ਰੰਗ ਮੰਚ ਤੋਂ ਸ਼ੁਰੂ ਹੁੰਦੀ ਹੈ ਅਤੇ ਉਸ ਚੀਜ਼ ਨੂੰ ਦੇਖਣਾ ਕਿਵੇਂ ਦਾ ਲੱਗਦਾ ਤੁਹਾਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਥੀਏਟਰ ਨੂੰ ਕਨਸੈਪਟ ਨੂੰ ਲੈ ਕੇ ਤੁਸੀਂ ਵੀ ਆ ਜਾਓ ਬਹੁਤ ਘੱਟ ਆ ਜਾਓ 2 ਮਿੰਟ ਮੈਮ ਠੀਕ ਹੈ ਥੀਏਟਰ ਦੇ ਕਨਸੈਪਟ ਨੂੰ ਲੈ ਕੇ ਬਹੁਤ ਘੱਟ ਕਿ ਮੇਰਾ ਖਿਆਲ ਨਹੀਂ ਕੋਈ ਫਿਲਮ ਇਸ ਤਰ੍ਹਾਂ ਦੀ ਬਣੀ ਹੋਏਗੀ ਔਰ ਥੀਏਟਰ ਕਲਾਕਾਰਾਂ ਨੇ ਸਾਰੇ ਥੀਏਟਰ 'ਚੋਂ ਨਿਕਲੇ ਹੋਏ ਕਲਾਕਾਰ ਹੈ ਔਰ ਜਿੰਨੇ ਵੀ ਬੈਠੇ ਸੀਗੇ ਮੇਰਾ ਤਾਂ ਮਨ ਭਰਿਆ ਸੀਗਾ ਜਦੋਂ ਇਹ ਗੱਲ ਆਉਂਦੀ ਹੈ ਕਿ ਥੀਏਟਰ ਵਾਲੇ ਕੀ ਹੁੰਦੇ ਨੇ ਥੀਏਟਰ ਵਾਲੇ ਕੁਛ ਨਹੀਂ ਕਰਦੇ ਥੀਏਟਰ ਵਾਲੇ ਵੀ ਬੰਦੇ ਹੁੰਦੇ ਨੇ ਇਨਸਾਨ ਹੁੰਦੇ ਨੇ ਉਹਨਾਂ ਦੇ ਵੀ ਦਿਲ ਦਿਮਾਗ ਹੁੰਦੇ ਨੇ ਬਿਲਕੁਲ ਥੀਏਟਰ ਵਾਲੇ ਆ ਨਿਰਾਸ਼ ਹੋ ਜਾਂਦਾ ਕਿ ਲੋਕ ਸਾਨੂੰ ਇਹ ਕਹਿ ਰਹੇ ਆ ਮੈਨੂੰ ਇਹ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਕਿ ਫਿਲਮ ਜ਼ਰੂਰ ਦੇਖਣੀ ਚਾਹੀਦੀ ਉਹਨਾਂ ਨੂੰ ਕਿਉਂਕਿ ਜਿਹੜੀ ਕਲਾ ਹੈ ਨਾ ਜਿਹੜੇ ਅਸੀਂ ਪਾਤਰ ਜਾਂਦੇ ਹਾਂ ਉਹ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਇਹ ਲਈ ਸਿੱਧ ਕਰਤਾ ਇਸ ਫਿਲਮ ਨੇ ਕਿ ਰੰਗ ਮੰਚ ਦੇ ਰਾਹੀਂ ਜਦੋਂ ਵੱਡੇ ਪਰਦੇ 'ਤੇ ਬੰਦਾ ਆਉਂਦਾ ਉਹਦੀ ਗੱਲ ਹੀ ਕੁਛ ਹੋਰ ਬਿਲਕੁਲ ਮੈਮ ਅੱਜ ਦੇ ਦੌਰ ਦੇ ਵਿੱਚ ਤੁਹਾਡੀ ਇੱਕ ਪਹਿਚਾਣ ਆ ਤੁਹਾਨੂੰ ਸਾਰੀ ਦੁਨੀਆ ਜਾਣਦੀ ਆ ਪਰ ਇੱਕ ਟਾਈਮ ਸੀਗਾ ਜਦੋਂ ਤੁਸੀਂ ਕੰਮ ਨਵਾਂ ਨਵਾਂ ਸ਼ੁਰੂ ਕੀਤਾ ਸੀਗਾ ਥੀਏਟਰ 'ਚ ਆਏ ਸੀਗੇ ਹਾਂ ਵੀ ਜਦੋਂ ਥੀਏਟਰ ਵਾਲਿਆਂ ਨੂੰ ਇਹ ਕਹਿੰਦੇ ਆ ਵੀ ਇਹ ਵੀ ਕੋਈ ਕੰਮ ਨਹੀਂ ਕਿਉਂਕਿ ਥੀਏਟਰ ਨੇ ਉਹ ਪੈਸਾ ਨਹੀਂ ਕਮਾ ਰਿਹਾ ਥੀਏਟਰ ਪਰ ਜੋ ਥੀਏਟਰ ਜ਼ਿੰਦਗੀ ਜਿਉਣ ਦੇ ਗੁਣ ਦਿੰਦਾ ਹੈ ਜਾਂ ਜ਼ਿੰਦਗੀ ਕਿਵੇਂ ਜਿਉਣੀ ਹੈ ਉਹ ਅਸੀਂ ਥੀਏਟਰ 'ਚ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦਿਓ ਜੀ ਆਡੀਅੰਸ ਨੂੰ ਤਾਂ ਅਸੀਂ ਇਹੀ ਕਹਾਂਗੇ ਵੀ ਦੇਖੋ ਜਦੋਂ ਕੋਈ ਇਹੋ ਜਿਹੇ ਵਿਸ਼ਿਆਂ 'ਤੇ ਫਿਲਮ ਬਣਦੀ ਹੈ ਕਈ ਵਾਰੀ ਨਾ ਸੋਸ਼ਲ ਮੀਡੀਆ 'ਤੇ ਜਾਂ ਆਲੇ ਦੁਆਲੇ ਕੁਛ ਹੋਰ ਹੀ ਚੱਲ ਪੈਂਦਾ ਮੈਨੂੰ ਇਹ ਲੱਗਦਾ ਕਿ ਸੱਚੇ ਦਿਲੋਂ ਫਿਲਮ ਬਾਰੇ ਲਿਖਣਾ ਚਾਹੀਦਾ ਅਤੇ ਸੱਚੇ ਦਿਲੋਂ ਸਾਨੂੰ ਇਹ ਕੋਈ ਵੀ ਫਿਲਮ ਹੈ ਉਸ ਫਿਲਮ ਦੇ ਵਿੱਚ ਕਿਸੇ ਵੀ ਆਰਟਿਸਟ ਨੇ ਕੰਮ ਕੀਤਾ ਸਾਨੂੰ ਉਹ ਦੇਖਣੀ ਚਾਹੀਦੀ ਹੈ ਜਿਵੇਂ ਇਸ ਫਿਲਮ ਦੇ ਵਿੱਚ ਮੈਂ ਕੰਮ ਕੀਤਾ ਰਾਜਿੰਦਰ ਨੇ ਕੰਮ ਕੀਤਾ ਪਰ ਵਧੀਆ ਫਿਲਮ ਨੂੰ ਐਪਰੀਸ਼ੀਏਟ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਸੱਚੇ ਕਲਾਕਾਰ ਹੋ ਬਿਲਕੁਲ ਅਤੇ ਬਹੁਤ ਵਧੀਆ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦਿਓ ਕੱਲ੍ਹ ਫਿਲਮ ਰਿਲੀਜ਼ ਹੋ ਰਹੀ ਹੈ ਬਿਲਕੁਲ ਜੀ ਫਿਲਮ ਰਿਲੀਜ਼ ਹੋ ਰਹੀ ਹੈ ਕੱਲ੍ਹ ਨੂੰ ਐਨੀ ਹਾਓ ਮਿੱਟੀ ਪਾਓ ਜ਼ਰੂਰ ਦੇਖੋ ਥੀਏਟਰ ਦੀ ਬਾਤ ਕੀਤੀ ਗਈ ਹੈ ਕਲਾ ਦੀ ਬਾਤ ਕੀਤੀ ਗਈ ਹੈ ਕਲਾ ਤੁਹਾਨੂੰ ਕਿਸ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਬਲ ਸਿਖਾਉਂਦੀ ਹੈ ਉਹਦੀ ਗੱਲ ਮੈਂ ਇੱਕ ਜ਼ਰੂਰ ਲਾਸਟ ਵਿੱਚ ਸ਼ੁਕਰਗੁਜ਼ਾਰ ਹਾਂ ਜਸਕਰੇਵਾਲ ਦੀ ਕਿ ਜਦ ਉਹਦੇ ਇੱਕ ਮੁੱਦਾ ਛੂਇਆ ਤੇ ਪ੍ਰੋਡਿਊਸਰ ਦੇ ਵੀ ਸ਼ਾਬਾਸ਼ ਕਈ ਵਾਰੀ ਕਿਸੇ ਵੀ ਸ਼ੁਰੂ ਲੈ ਕੇ ਬੰਦੇ ਨੂੰ ਹੋ ਵੀ ਸਕਦਾ
मैम अगर विषय से हट के गल करिए फिल्म देखते हो कि हास हस के ढिडी पीड़ पी है कोशिश की और बहुत कमाल दा काम किया बहुत बहुत मुबारक ने दिलों मुबारक ये कलाकार बहुत घट ने बिल्कुल थैंक यू मैम थैंक यू ਕਿੱਦਾਂ ਦਾ ਲੱਗ ਰਿਹਾ ਲੋਕਾਂ ਦਾ ਰਿਸਪੌਂਸ ਦੇਖਣ ਤੋਂ ਬਾਅਦ ਤੇ ਤੁਹਾਨੂੰ ਪਰਸਨਲੀ ਫਿਲਮ ਦੇਖ ਕੇ ਤਾੜੀਆਂ ਵਿੱਚ ਬੈਠਣਾ ਕਿਵੇਂ ਦਾ ਲੱਗਾ ਫਿਲਮ ਤੇ ਪਿਛਲੇ 3 ਮਹੀਨੇ ਤੋਂ ਦੇਖ ਰਹੇ ਸੀ ਪ੍ਰੀਵਿਊ ਜੀ ਪਰ ਅੱਜ ਜਿਹੜਾ ਮਜ਼ਾ ਆਇਆ ਵੇਖ ਕੇ ਉਹ ਲਫ਼ਜ਼ਾਂ 'ਚ ਨਹੀਂ ਬਿਆਨ ਕਰ ਸਕਦੇ ਕਿਹੜੀ ਚੀਜ਼ ਸੀਗੀ ਜਿਹੜੀ ਮਤਲਬ ਲੋਕਾਂ ਨੇ ਉਸ ਚੀਜ਼ ਦੇ ਉੱਤੇ ਤਾੜੀਆਂ ਮਾਰੀਆਂ ਤੇ ਤੁਹਾਡੇ ਨਾਲ ਇਮੋਸ਼ਨਸ ਕਿੱਦਾਂ ਸੀਗੇ ਤੇ ਧਿਆਨ ਜ਼ਿਆਦਾ ਫਿਲਮ ਵੱਲ ਸੀਗਾ ਲੋਕਾਂ ਵੱਲ ਸੀਗਾ ਹਰ ਸੀਨ ਦੀ ਤਾੜੀਆਂ ਸੀ ਬਾਕੀ ਜਿਹੜਾ ਥੀਏਟਰ ਵਾਲਾ ਜਾਂ ਭੂਤ ਵਾਲਾ ਸੀਨ ਸੀ ਉੱਤੇ ਸਾਡਾ ਤੇ ਭਾਈ ਇੱਕ ਨਾ ਜਦੋਂ ਕਿਸੇ ਕੋਈ ਪ੍ਰੋਜੈਕਟ ਪਕੜਦੇ ਹਾਂ ਆਪਾਂ ਨੂੰ ਉਮੀਦ ਹੋ ਜਾਂਦੀ ਹੈ ਕਿ ਆਹ ਚੀਜ਼ ਉੱਤੇ ਆਹ ਚੀਜ਼ ਮਤਲਬ ਲੋਕਾਂ ਦਾ ਇੱਦਾਂ ਦਾ ਰਿਸਪੌਂਸ ਆਊਗਾ ਹੀ ਆਊਗਾ ਤੁਹਾਨੂੰ ਉਹ ਚੀਜ਼ ਦੇਖਣ ਨੂੰ ਮਿਲੀ ਕਿ ਜਿਹੜਾ ਤੁਹਾਡੇ ਮਾਈਂਡ ਵਿੱਚ ਸੀਨ ਉੱਦਾਂ ਦਾ ਤੁਸੀਂ ਸੋਚਿਆ ਸੀ ਅੱਜ ਜਿੰਨੇ ਆਡੀਅੰਸ ਬੈਠੀ ਸੀ ਉਹਨਾਂ ਵੱਲੋਂ ਬਹੁਤ ਵਧੀਆ ਬਾਉਂਸ ਬੈਕ ਮਿਲਿਆ ਹਰ ਸੀਨ ਦੇ ਉੱਤੇ ਜੀ ਲਾਫਟਰ ਮਿਲਿਆ ਆਮ ਤੌਰ 'ਤੇ ਪ੍ਰੀਮੀਅਰ ਦੇ ਵਿੱਚ ਇੰਨਾ ਲਾਫਟਰ ਨਹੀਂ ਹੁੰਦਾ ਕਿਉਂਕਿ ਤੁਹਾਡੇ ਸੱਜਣ ਮਿੱਤਰ ਜ਼ਿਆਦਾ ਹੁੰਦੇ ਬਿਲਕੁਲ ਫਿਲਮ ਵੇਖਣ ਦਾ ਅਸਲੀ ਮਜ਼ਾ ਆਡੀਅੰਸ ਵਿੱਚ ਬਹਿ ਕੇ ਆ ਜਿਹਦੇ ਵਿੱਚ ਤੁਹਾਡੇ ਨੋਨ ਪਰਸਨ ਨਾ ਬੈਠੇ ਕਿਉਂਕਿ ਅੱਧੀ ਇੰਡਸਟਰੀ ਆਪਣੀ ਸੱਜਣ ਮਿੱਤਰ ਸੀ ਜੀ ਬਟ ਜਿੰਨਾ ਕੁ ਬਾਉਂਸ ਬੈਕ ਇੱਥੋਂ ਮਿਲਿਆ ਉਹ ਤੋਂ ਲੱਗਦਾ ਕਿ ਇੱਧਰੋਂ 10 ਗੁਣਾ 20 ਗੁਣਾ 50 ਗੁਣਾ ਵੱਧ ਕੱਲ੍ਹ ਥੀਏਟਰ 'ਚ ਵੇਖਣ ਉਹ ਉਮੀਦ ਆ ਤੇ ਆਸ ਪਾਸ ਦੇ ਕੋਲੋਂ ਮਤਲਬ ਤੁਹਾਡੇ ਸੱਜਣ ਮਿੱਤਰ ਜਿਹੜੇ ਆਏ ਹੋਏ ਨੇ ਤੁਹਾਡੇ ਕੋਈ ਕੋਈ ਗੱਲ ਦਾ ਓਲਾ ਨਹੀਂ ਰੱਖਦੇ ਜੈਨੂਅਲੀ ਆਪਣਾ ਰਿਵਿਊ ਦੇ ਦਿੰਦੇ ਨੇ ਉਹਨਾਂ ਨੇ ਕਿੱਦਾਂ ਦਾ ਫੀਡਬੈਕ ਦਿੱਤਾ ਤੁਹਾਨੂੰ ਕਈ ਹੁੰਦੇ ਸੱਜਣ ਮਿੱਤਰ ਕਹਿੰਦੇ ਯਾਰ ਬਹੁਤ ਵਧੀਆ ਫਿਲਮ ਆ ਕਈ ਹੁੰਦੇ ਜਿਹੜੇ ਮੂੰਹ ਤੇ ਕਹਿ ਦਿੰਦੇ ਆ ਕਿ ਐਨੀ ਅਰਗੇ ਵੀ ਯਾਰ ਬਣੀ ਨਹੀਂ ਗੱਲ ਬਟ ਅੱਜ ਸਾਰਿਆਂ ਨੇ ਕਿਹਾ ਯਾਰ ਸਵਾਦ ਆ ਗਿਆ ਭਾਈ ਦਿਲੋਂ ਸੱਚੀ ਫਿਲਮ ਬਹੁਤ ਵਧੀਆ ਬਣਾਈ ਹੈ ਪੂਰੀ ਟੀਮ ਵੱਲੋਂ ਬਹੁਤ ਮਿਹਨਤ ਕੀਤੀ ਹੋਈ ਦਿਖਦੀ ਵੀ ਹੈ ਅਤੇ ਕਰਮਜੀਤ ਭਾਅ ਜੀ ਦਾ ਤੁਹਾਡਾ ਕਾਫੀ ਕਿਰਦਾਰ ਨਿਭਾਏ ਨੇ ਫੇਵਰੇਟ ਕਿਹੜਾ ਤੁਹਾਡਾ ਮੇਰਾ ਜੱਜ ਵਾਲਾ ਕਿਰਦਾਰ ਜੱਜ ਵਾਲਾ ਫੇਵਰੇਟ ਠੀਕ ਹੈ ਭਾਅ ਜੀ ਲਾਸਟ ਵਿੱਚ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦਿਓ ਪਹਿਲਾਂ ਕੱਲ ਸਿਨੇਮਾ ਘਰਾਂ ਜਾ ਕੇ ਵੇਖਿਓ ਜੀ ਐਨੀ ਹੋ ਮਿੱਟੀ ਪਾਓ ਥੈਂਕ ਯੂ रंग मंच ਆਰਟਿਸਟਾਂ ਤੇ ਰੰਗਮੰਚ ਵਾਲੇ ਦਾ ਫਿਲਮ ਬਣੀ ਹੈ ਦੂਜੀ ਬੈਸਟ ਚੀਜ਼ ਗਰਮਜੀਤ ਨੂੰ ਤੇ ਕਿੰਨਾ ਕਿ ਇਮੋਸ਼ਨਲ ਤੁਸੀਂ ਜੁੜ ਪਾਏ ਕਿਉਂਕਿ ਤੁਸੀਂ ਵੀ ਰੰਗਮੰਚ ਨਾਲ ਜ਼ਿਆਦਾ ਮਤਲਬ ਵੈਸੇ ਤਾਂ ਪੂਰੇ ਐਕਸਾਈਟਿਡ ਸੀ ਕਿ ਹੋਣਾ ਅੱਗੇ ਕੀ ਹੋਣਾ ਔਰ ਪੂਰਾ ਕਿ ਪੂਰੀ ਗ੍ਰਿਪ ਸੀ ਫਿਲਮ ਤੇ ਫੇਵਰਿਟ ਕੈਰੈਕਟਰ ਕੌਣ ਲੱਗੇ ਕਿਹੜਾ ਸੀਗਾ ਤੁਹਾਡਾ ਫਿਲਮ ਸਾਰੇ ਜੀ ਸਾਰਿਆਂ ਦੇ ਬਹੁਤ ਅੱਛਾ ਕੰਮ ਕੀਤਾ ਜੀ ਫੇਵਰਿਟ ਕੈਰੈਕਟਰ ਗੱਲ ਕਹਾ ਕੇ ਕਰਮਜੀਤ ਭਾਜੀ ਸਾ ਗਏ ਬਿਲਕੁਲ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦੋ ਫਿਲਮ ਐਨੀ ਹੋ ਮਿੱਟੀ ਪਾਓ ਕੱਲ ਰਿਲੀਜ਼ ਹੋਣੀ ਸਾਰੇ ਨੇ ਜ਼ਰੂਰ ਦੇਖਣੀ ਹੈ ਕਿੱਦਾਂ ਲੱਗੀ ਭਾਜੀ ਤੁਹਾਨੂੰ ਮੂਵੀ ਵਧੀਆ ਠੀਕ ਹੈ ਜੀ ਵਧੀਆ ਜੀ ਵਧੀਆ ਤੇ ਕਿਹੜੀ ਚੀਜ਼ ਸਮੂਹ ਦੇ ਵਿੱਚ ਤੁਹਾਨੂੰ ਸਭ ਤੋਂ ਘੈਂਟ ਲੱਗੀ ਹਾਂਜੀ ਫਿਲਮ 'ਚ ਸਭ ਤੋਂ ਘੈਂਟ ਸੀ ਕਿਹੜੀ ਚੀਜ਼ ਲੱਗੀ ਤੁਹਾਨੂੰ ਨਨੈਵਰ ਕਰਮਜੀਤ ਅਨਮੋਲ ਜੀ ਸੁਪਰ ਸੁਪਰ ਆਊਟ ਆਫ ਦਾ ਵਰਲਡ ਕਿ ਸੰਪੂਰਨ ਕਲਾਕਾਰ ਨਾ ਬਗੈਰ ਐਂਟਰਟੇਨਰ ਜਿਹਦਾ ਕਿ ਵਰਡਸ ਖਤਮ ਹੋ ਜਾਂਦੇ ਆ ਆਲੇ ਦੋਲੀ ਸਿੱਟਾਂ ਦੇ ਲੋਕੀ ਕਿੱਦਾਂ ਦਾ ਰਿਐਕਸ਼ਨ ਸੀਗਾ ਲੋਕਾਂ ਦਾ ਫਿਲਮ ਦੇਖਦੇ ਜੀ ਅਸੀਂ ਕਰਮਜੀਤ ਅਨਮੋਲ ਦੇ ਪੰਜ ਆਂਦੇ ਸੀਗੇ ਇੱਕ ਖਾਸਰ ਭੂਤ ਜਾਂ ਕੋਈ ਵੀ ਪੰਮੀ ਦਾ ਮਾਈਂਡ ਬਲੋਇੰਗ ਮਤਲਬ ਜੋ ਤੁਸੀਂ ਉਮੀਦ ਲੈ ਕੇ ਆਏ ਸੀ ਤੁਹਾਨੂੰ ਦੇਖਣ ਨੂੰ ਮਿਲਿਓ ਜੀ ਵਧੀਆ ਜੀ ਦੇਖੋ ਉਮੀਦ ਆਪਾਂ ਹਰ ਕਿਸੇ ਦਾ ਸਾਰੀ ਉਮੀਦ ਤਾਂ ਫਿਲਮ ਉੱਤਰ ਚਾਹੀਦੀ ਹੈ ਦੇਖੋ ਮਿਹਨਤ ਸਹਰ ਬੰਦਾ ਕਰਦਾ ਡਾਇਰੈਕਟਰ ਦੀ ਮਿਹਨਤ ਹੁੰਦੀ ਹੈ ਆਰਟਿਸਟ ਦੀ ਪੂਰੀ ਟੀਮ ਦੀ ਹੁੰਦੀ ਹੈ ਮੈਂ ਤਾਂ ਪੂਰੀ ਕਰਦਾ ਸਾਡੀ ਉਮੀਦਾਂ ਤਾਂ ਵਧੀਆ ਹੋਣੀਆਂ ਪਰ ਹਾਂ ਉਸ ਨੂੰ ਐਕਸਟਰਾ ਦਿਖਾ ਕੇ ਕਰਨ ਦਾ ਮੁੱਲ ਪਈ ਦਾ ਜੱਬਰ ਸਰ ਥੈਂਕ ਯੂ ਜੀ ਤੁਹਾਨੂੰ ਮਿਲੋ ਬਹੁਤ ਵਧੀਆ ਸਭ ਤੋਂ ਬੈਸਟ ਚੀਜ਼ ਕੀ ਲੱਗੀ ਫਿਲਮ ਦੇ ਵਿੱਚ ਤੁਹਾਨੂੰ ਕਰਮਜੀਤ ਅਨਮੋਲ ਭਾਜੀ ਦਾ ਕੈਰੈਕਟਰ ਤਾਂ ਬਹੁਤ ਬੈਸਟ ਸੀਗਾ ਲਾਈਕ ਪੰਮੀ ਜੀ ਜਿਹੜੇ ਬਣੇ ਹੋਏ ਆ ਉਹ ਤਾਂ ਬਹੁਤ ਹੀ ਮਤਲਬ ਬਿਲਕੁਲ ਬਹੁਤ ਵਧੀਆ ਸੀਗਾ ਕਿੰਨੀ ਵਾਰ ਤੁਸੀਂ ਸੀਟ ਤੋਂ ਆਪਣੇ ਹੱਸ ਹੱਸ ਕੇ ਥੱਲੇ ਗਿਰੇ ਹੋ ਹਾਂਜੀ ਕਿੰਨੀ ਵਾਰ ਤੁਸੀਂ ਸੀਟ ਤੋਂ ਹੱਸ ਹੱਸ ਕੇ ਥੱਲੇ ਗਿਰੇ ਹੋ ਬਹੁਤ ਫੁੱਲ ਕੇ ਹੱਸੇ ਹੋ ਕਿੰਨੀ ਵਾਰ ਤੁਸੀਂ ਬਹੁਤ ਵਾਰੀ ਆਫਟਰ ਇੰਟਰਵਲ ਤੋਂ ਬਾਅਦ ਤਾਂ ਬਹੁਤ ਹੀ ਹੱਸਾ ਸੀਗਾ ਜੀ ਵੈਰੀ ਨਾਈਸ ਆਲੇ ਦੁਆਲੇ ਦੀ ਸੀਟਾਂ ਦਾ ਕਿੱਦਾਂ ਦਾ ਮਾਹੌਲ ਸੀਗਾ ਹਾਂ ਬਹੁਤ ਵਧੀਆ ਸੀ ਸਾਰੇ ਇੰਜੋਏ ਕਰ ਰਹੇ ਸੀ ਮੈਂ ਤਾਂ ਅੱਗੇ ਪਿੱਛੇ ਹੀ ਦੇਖ ਰਹੀ ਸੀ ਕਿ ਕਿੱਦਾਂ ਰਿਸਪੌਂਸ ਆ ਰਿਹਾ ਹੈ ਬਹੁਤ ਵਧੀਆ ਸੀਗਾ ਜੀ ਥੈਂਕ ਯੂ ਕਿੱਦਾਂ ਲੱਗੀ ਭਾਈ ਕਿੱਦਾਂ ਲੱਗੀ ਫਿਲਮ ਹਰ ਜਾਓ ਡਰਾਮਾ ਆਉਂਦਾ ਕਿ ਸੋਨੀਗਾ
ਕਿੱਦਾਂ ਲੱਗੀ ਭਾਈ ਫਿਲਮ? ਬਹੁਤ ਵਧੀਆ। ਸਭ ਤੋਂ ਬੈਸਟ ਚੀਜ਼ ਕੀ ਲੱਗੀ ਤੁਹਾਨੂੰ ਫਿਲਮ ਦੇ ਵਿੱਚੋਂ ਜਿਹੜੀ? ਦੇਖੋ ਐਂਟਰਟੇਨਮੈਂਟ ਸੀਗਾ, ਬਾਕੀ ਤਾਂ ਅਲੱਗ ਜਿਹਾ ਕਨਸੈਪਟ ਸੀਗਾ ਹਰ ਮੂਵੀ ਦਾ ਨਾ, ਜਿੱਦਾਂ ਦੱਸਿਆ ਹੋਇਆ ਜਿੱਦਾਂ ਜਿਹੜੇ ਥੀਏਟਰ ਦੇ ਹੈਗੇ ਆ, ਜਿਹੜੇ ਥੀਏਟਰ ਕਰਦੇ ਆ ਉਹਨਾਂ ਦੇ ਵੈਲਿਊ ਬਾਰੇ ਦੱਸਿਆ ਵਾ ਹੈਗਾ। ਅਤੇ ਤੁਹਾਨੂੰ ਕਿੱਦਾਂ ਲੱਗੇ ਬਾਈ? ਬਹੁਤ ਵਧੀਆ, ਬੋਲੇ ਇੰਜੋਏ ਸੀ, ਫੈਮਿਲੀ ਨਾਲ ਬੈਠ ਕੇ ਦੇਖਣ ਵਾਲੀ ਮੂਵੀ ਆ। ਤੁਸੀਂ ਕਿੰਨੀ ਵਾਰ ਹੱਸਦੇ ਹੱਸਦੇ ਨੀਚੇ ਗਿਰੇ ਹੋ? ਮੈਂ ਬਹੁਤ ਵਧੀਆ ਫੁੱਲ ਇੰਜੋਏ ਕਰਾਂ, ਕਲਜੀ ਦੇ ਰੋਲ ਜੀ ਨੂੰ ਵੀ ਪੁੱਛੋ ਹੀ ਨਾ, ਐਨ ਮੇਰੇ ਜਿਹੜੇ ਕਿਰਦਾਰ ਇੱਕ ਤੇ ਇੱਕ ਦੇ ਅਤੇ ਬਾਕੀ ਸਾਰੇ ਦੀ ਬਹੁਤ ਸੋਹਣੇ ਟੈਨੋ ਟੈਨੋ ਮਾਰਕਸ। ਅਤੇ ਬਾਈ ਇੱਕ ਵਾਰ ਦੇਖਣ ਨੂੰ ਮਿਲਦਾ ਨਾ ਆਪਾਂ ਜਦੋਂ ਕਿਸੇ ਪ੍ਰੀਮੀਅਰ 'ਤੇ ਆਉਂਦੇ ਹਾਂ ਤਾਂ ਆਪਾਂ ਨੂੰ ਸੁਣਨ ਨੂੰ ਅੱਛਾਈ ਮਿਲ ਜਾਂਦੀ, ਅਤੇ ਜੈਨੂਅਲੀ ਇਸ ਫਿਲਮ ਦੇ ਵਿੱਚ ਕਿੱਦਾਂ ਦਾ ਫੀਲ ਹੋਇਆ ਤੁਹਾਨੂੰ? ਉਹ ਇੱਧਰ ਹੀ ਹੋਇਆ ਕੱਲ੍ਹ, ਇਹ ਨਹੀਂ ਹੈ ਪ੍ਰੀਮੀਅਮ ਦੇਖਣ ਆਏ ਹਾਂ, ਬਾਕੀ ਬਾਕੀ ਯਾਰ ਜੋ ਉਹਨੇ ਐਕਟਿੰਗ ਕੀਤੀ ਹੋਈ ਹੈ ਨਾ, ਬਾਕੀ 10 to 10 ਨੇ ਨੰਬਰ ਹੈ। ਇਹੀ ਗੱਲ ਹੈਗੀ ਵੀ ਆਪਾਂ ਕੋਈ ਫੇਕ ਰਿਵਿਊ ਨਹੀਂ ਦਿੰਦੇ ਹੈਗੇ। ਬਿਲਕੁਲ ਬਿਲਕੁਲ, ਦੇਖੋ ਫਿਲਮ ਜਿੰਨੇ ਫੈਮਿਲੀ ਆ ਉਹ ਸਾਰੇ ਇੰਜੋਏ ਕਰਨਗੇ, ਹਰ ਇੱਕ ਕਿਰਦਾਰ ਨੂੰ ਆਪਣਾ ਆਪਣਾ ਕਿਰਦਾਰ ਜਿਹੜੇ ਨਿਭਾ ਰਹੇ ਹਰ ਇੱਕ ਕਿਰਦਾਰ ਨੂੰ ਤੁਸੀਂ ਇੰਜੋਏ ਕਰੇ। ਕਰਮਜੀਤ ਅਨਮੋਲ ਜੀ ਨੇ ਬਹੁਤ ਵਧੀਆ ਸਾਰੇ ਕਿਰਦਾਰ ਬਹੁਤ ਵਧੀਆ ਨਿਭਾਏ ਨੇ ਅਤੇ ਬਹੁਤ ਵਧੀਆ। ਅਤੇ ਉਹਨਾਂ ਦੇ ਕਿਰਦਾਰਾਂ ਦਾ ਸਭ ਤੋਂ ਬੈਸਟ ਕਿਰਦਾਰ ਕਿਹੜਾ ਲੱਗਿਆ ਤੁਹਾਨੂੰ ਜਿਹੜੇ ਉਹਨਾਂ ਨੇ ਨਿਭਾਏ ਨੇ? ਸਾਰੇ ਲਾਸਟ ਦੇ ਵਿੱਚ ਤਾਂ ਕੁਛ ਜ਼ਿਆਦਾ ਇੰਟਰਟੇਨਮੈਂਟ ਸੀ, ਕਰਮਜੀਤ ਅਨਮੋਲ ਜੀ ਬਾਪੂ ਵਾਲਾ ਕਿਰਦਾਰ ਜ਼ਿਆਦਾ ਵਧੀਆ ਸੀ। ਠੀਕ ਹੈ, ਮੈਂ ਇੱਕ ਚਲੋ ਵੈਸੇ ਪੁੱਛਦਾ ਉਹਨਾਂ ਦਾ ਕਿਰਦਾਰ ਕਿਹਦੇ ਵਰਗਾ ਲੱਗਦਾ? ਕਿਸੇ ਪੋਲੀਟੀਸ਼ੀਅਨ ਵਰਗਾ ਸੀ? ਇੱਦਾਂ ਤਾਂ ਨਹੀਂ ਕਹਿ ਸਕਦੇ, ਮੇਰੇ ਕਿ ਬੰਦਾ ਮੈਂ ਤਾਂ ਇੱਦਾਂ ਲੱਗਿਆ ਜਿਵੇਂ ਜੂਕਰ ਵਿੱਚ ਰਿਲੇਟਿਵ ਹੁੰਦੇ ਆ, ਠੀਕ ਹੈ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਲੱਗਿਆ। ਓਕੇ, ਥੈਂਕ ਯੂ ਭਾਈ। ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ? ਬਹੁਤ ਅੱਛੀ ਲੱਗੀ। ਅਤੇ ਸਭ ਤੋਂ ਵਧੀਆ ਚੀਜ਼ ਕੀ ਲੱਗੀ ਤੁਹਾਨੂੰ ਫਿਲਮ ਦੇ ਵਿੱਚ? ਸਭ ਨੇ ਅੱਛਾ ਹੋਇਆ ਯਾਰ, ਗੌਰਮੈਂਟ ਨੇ ਬਹੁਤ ਅੱਛਾ ਚੱਲਿਆ। ਤੁਹਾਨੂੰ ਕਿੱਦਾਂ ਦੀ ਲੱਗੀ ਫਿਲਮ? ਬਹੁਤ ਵਧੀਆ ਜੀ, ਪਰਿਵਾਰਿਕ ਫਿਲਮ ਹੈ। ਅਤੇ ਸਭ ਤੋਂ ਕਿੰਨੀ ਕੁ ਵਾਰ ਤੁਸੀਂ ਹੱਸਦੇ ਹੱਸਦੇ ਨੀਚੇ ਗਿਰਨ ਵਾਲੀ ਨੌਬਤ ਆ ਚੁੱਕੀ ਸੀ? ਫੁੱਲ ਟਾਈਮ, ਫੁੱਲ ਟਾਈਮ। ਅਤੇ ਬੈਸਟ ਸੀਨ ਕੀ ਲੱਗਿਆ ਫਿਲਮ ਦਾ? ਨੀਚੇ ਡੈਵਰੀ